मैं जिहड़े रूम च रह रहा मैं तुहानूं दिखाउणा वा। आ देखो बैडरूम चो व्यू किन्ना सोहना वा। यह हैगा जी टू बैडरूम अपार्टमेंट। ये सारा हैगा वा लॉन्ड्री एरिया। हाँ जी गाइस सत श्री अकाल, की हाल चाल, ठीक ठाक सारे। पिछले 6-7 दिनों तो यार होनी आस्ट्रेलिया दे विच ने, ते आस्ट्रेलिया वाले व्लॉग्स नूं काफ़ी तुसीं प्यार दे रहे हो, तो काफ़ी सारे कॉमेंट्स आ रहे ही वीजे रिगार्डिंग, जिहड़े घर दे विच मैं रह रहा वा उस रिगार्डिंग। सो अज दे व्लॉग दे विच तुहानूं सारा इस जिथे घर विच रहना है गगनवीर दे घर दा सारा तुहानूं एक छोटा टूर दवांगे। सो व्लॉग नूं लास्ट तक जरूर देखियो, ते नाल तुहानूं दस्सांगे कि जे कोई इंटरनेशनल स्टूडेंट हुंदा वा आस्ट्रेलिया दे विच तां उहनूं इह टू बैडरूम अपार्टमेंट जां वन बैडरूम अपार्टमेंट दा की रेंट पैंदा वा, जां एज ए PR कोई आ रहा वा जां एज ए वर्क वीज़ा आ रहा वा। सो सारी डिटेल तुहानूं अज दे इस व्लॉग च दस्सांगे। वेलकम बैक चैनल गाइस आई सब्सक्राइब एंड सो शुरुआत करते जी आप कि लोकेशन कही है। लोकेशन हैगी है जी किरवी न्यू साउथ वेल्स सिडनी। सो जिहड़े अपार्टमेंट दे विच फिलहाल मैं रह रहा वा गगनवीर दा अपार्टमेंट आ। सो ये टू बैडरूम आ, तो इहदा रेंट ऑलमोस्ट पैंदा जी $2,300। सो जिहड़े अपार्टमेंट्स आ जां ला लो कि घर आ एरिए दे हिसाब नाल रेंट वक्खरा वक्खरा वा। जे तुसीं इस एरिए च रहिंदे हो ये अपार्टमेंट ला लो कि काफ़ी वधिया मन्ने जांदे आ। जे आपां इस अपार्टमेंट नूं रेटिंग करिए तां 10 विचों 8 नंबर वधिया दे विच 8 नंबर। एंटर करदे ही इधर आ जी ओपन किचन। ਇਹਦੇ ਵਿੱਚ ਤੁਸੀਂ ਆਪਣੀ ਸਾਡੀ ਫ੍ਰਿਜ ਵਗੈਰਾ ਲੱਗੀ ਆ ਅਤੇ ਥੋੜ੍ਹਾ ਬਹੁਤਾ ਸਮਾਨ ਪਿਆ ਆ। ਅਤੇ ਸਭ ਤੋਂ ਮੇਨ ਗੱਲ ਮੈਨੂੰ ਅਪਾਰਟਮੈਂਟਸ ਦੀ ਵਧੀਆ ਲੱਗਦੀ ਹੈ ਕਿ ਇੱਥੇ ਕਬੋਰਡਸ ਵਗੈਰਾ ਕਾਫੀ ਦਿੱਤੇ ਹੋਏ ਇਹਨਾਂ ਨੇ, ਤੁਸੀਂ ਚੈੱਕ ਕਰੋ। ਇੰਨਾ ਵੈਸੇ ਸਮਾਨ ਵੀ ਨਹੀਂ ਹੁੰਦਾ, ਜਿੱਦਾਂ ਆਪਾਂ ਇਕੱਲੇ ਰਹਿੰਦੇ ਹਾਂ ਤਾਂ ਇੰਨਾ ਸਮਾਨ ਵੀ ਨਹੀਂ ਆ, ਬਟ ਸਟਿਲ ਕਾਫੀ ਸਮਾਨ ਤੁਸੀਂ ਆਪਣਾ ਰੱਖ ਸਕਦੇ ਆ। ਦੇਖੋ ਤੁਸੀਂ ਚੈੱਕ ਕਰੋ ਸਪੇਸ ਕਿੰਨੀ ਆ, ਇੱਧਰ ਦੇਖੋ ਟੂ ਮੱਚ ਸਪੇਸ ਆ, ਇੱਧਰ ਵੀ ਇੱਧਰ ਵੀ, ਤੇ ਇੱਦਾਂ ਹੀ ਜਿੱਦਾਂ ਉੱਪਰ ਆ ਤੇ ਇੱਦਾਂ ਹੀ ਥੱਲੇ ਆ। ਚੈੱਕ ਕਰੋ ਆ ਥੱਲੇ ਵੀ ਸੇਮ ਹੀ ਕਬਰਡਸ ਦਿੱਤੇ ਹੋਏ ਆ। ਆ ਤੁਹਾਨੂੰ ਡਰੋਅਰ ਦਿਖਾ ਦਿੰਦੇ ਆ, ਆ ਦੇਖੋ। ਸੋ ਜਿਹੜੇ ਵੀ ਸਪੂਨਸ ਆ ਜਾਂ ਕਟਲਰੀ ਵਗੈਰਾ ਵਾ ਸਾਰੀ ਇੱਧਰ ਰੱਖੀ ਹੋਈ ਆ। ਮੇਨ ਗੱਲ ਆਹ ਕਬਰਡ ਨਹੀਂ ਆ, ਇਹ ਹੈਗਾ ਆਪਣਾ ਡਿਸ਼ਵਾਸ਼ਰ। ਓਕੇ, ਇਹ ਡਿਸ਼ਵਾਸ਼ਰ ਕਿਉਂਕਿ ਤੁਹਾਨੂੰ ਪਤਾ ਹੈ ਕਿ ਜੇ ਬੰਦਾ ਲੇਜ਼ੀ ਆ ਜਾਂ ਲਾਈਫ ਬਹੁਤ ਫਾਸਟ ਆ ਤੇ ਆਪਾਂ ਨੂੰ ਹੱਥ ਨਾਲ ਧੋਣ ਦੀ ਲੋੜ ਨਹੀਂ, ਤੇ ਜੇ ਜ਼ਿਆਦਾ ਭਾਂਡੇ ਆ ਤਾਂ ਸਿੱਧਾ ਅੰਦਰ ਰੱਖੋ, ਸਿੱਧਾ ਇਹਦੇ ਵਿੱਚ ਭਾਂਡੇ ਰੱਖੋ ਤਾਂ ਆਟੋਮੈਟਿਕਲੀ ਧੁੱਪ ਜਾਣਗੇ। ਇਹ ਹੈਗਾ ਡਿਸ਼ਵਾਸ਼ਰ, ਇਹ ਹੈਗਾ ਜੀ ਓਵਨ, ਤੇ ਇੱਧਰ ਆ ਜੀ ਮਾਈਕ੍ਰੋਵੇਵ। ਸੋ ਇਹ ਸਾਰਾ ਕਿਚਨ ਆ। ਸੱਚੀ ਦੱਸਾਂ ਤਾਂ ਕਿਚਨ ਕਾਫੀ ਵਧੀਆ ਵਾ, ਓਪਨ ਕਿਚਨ ਆ। ਸੋ ਕਿਚਨ ਦੇ ਬਿਲਕੁਲ ਇੱਧਰ ਹੈਗੀ ਹੈ ਜੀ ਲੋਬੀ। ਸੋ ਇਹ ਅਪਾਰਟਮੈਂਟ ਦੀ ਮੇਨ ਗੱਲ ਇੱਕ ਮੈਨੂੰ ਬਹੁਤ ਬਿਊਟੀਫੁਲ ਲੱਗਦੀ ਆ, ਆ ਚੈੱਕ ਕਰੋ ਜਿਹੜੀ ਐਂਬੀਅਰ ਲਾਈਟਨਿੰਗ ਲੱਗੀ ਹੈ ਇੱਥੇ। ਲੋਬੀ ਵੱਲ ਜਿਹੜਾ ਅਪਾਰਟਮੈਂਟ ਆ ਇਹ ਹੈਗਾ ਜੀ ਟੂ ਬੈਡਰੂਮ ਅਪਾਰਟਮੈਂਟ। ਇੱਧਰ ਲੱਗਿਆ ਹੋਇਆ ਵਾ ਟੀਵੀ, ਇਹ ਆਪਣਾ ਛੋਟਾ ਜਿਹਾ ਕਿਊਟ ਅਪਾਰਟਮੈਂਟ ਆ, ਤੇ ਕਾਫੀ ਦੇਰ ਤੋਂ ਇੱਥੇ ਰਹਿ ਰਹੇ ਆ। ਇਹ ਥੋੜਾ ਆਪਣੇ ਸਿਟੀ ਸਾਈਡ ਪੈ ਜਾਂਦਾ ਆ ਤੇ ਸਦਰਨ ਬੀਚਸ ਵੱਲ, ਕਰਨੌਲਾ ਬੀਚਸ ਸਾਈਡ। ਓਕੇ, ਇੱਧਰ ਸੋਫਾਸ ਲੱਗੇ ਹੋਏ ਆ। ਸੋ ਕਾਫੀ ਸਪੇਸ ਆ ਕਿਚਨ ਦੇ ਨਾਲ ਹੀ, ਕਾਫੀ ਖੁੱਲ੍ਹਾ ਏਰੀਆ ਵਾ। ਅਤੇ ਹਾਲੇ ਆਪਾਂ ਜਸਟ ਬ੍ਰੇਕਫਾਸਟ ਕਰਕੇ ਹਟੇ, ਚਾਹ ਛਾਹ ਪੀ ਕੇ ਹਟੇ ਹਾਂ, ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਬਾਹਰ ਬਾਲਕਨੀ। ਬਾਹਰ ਹਵਾ ਬਹੁਤ ਤੇਜ਼ ਚੱਲ ਰਹੀ ਆ। ਇਹ ਜਿਹੜਾ ਏਰੀਆ ਵਾ ਕਾਫੀ ਵਧੀਆ ਏਰੀਆ ਵਾ, ਅੱਗੇ ਲਾਗੇ ਬੰਨੇ ਬਿਲਡਿੰਗਸ ਦੇਖ ਸਕਦੇ ਹੋ। ਸਾਰੇ ਕੰਪਲੈਕਸ ਦੇ ਵਿੱਚ ਟੋਟਲ 1000 ਅਪਾਰਟਮੈਂਟਸ ਨੇ, ਕੁਝ ਟੂ ਬੈਡਰੂਮ, ਕੁਝ ਟੂ ਬੈਡਰੂਮ ਨਾਲ ਸਟੱਡੀ ਰੂਮ, ਕੁਝ ਵਨ ਬੈਡਰੂਮ, ਕੁਝ ਨੋ ਸਟੂਡੀਓ ਸੋਰੀ, ਅਤੇ ਕੁਝ 3 ਬੈਡਰੂਮ, ਅਤੇ ਉਸ ਬਿਗ ਬਿਲਡਿੰਗ ਦੇ ਵਿੱਚ ਔਨ ਦਾ ਟੋਪ ਪੈਂਟ ਹਾਊਸ ਵੀ ਹੈਗੇ। ਓਕੇ, ਉਹ ਵਾਲੀ ਬਿਲਡਿੰਗ ਵਿੱਚ। ਓਕੇ, ਸੋ ਇਹ ਸਾਰਾ ਬਾਲਕਨੀ ਏਰੀਆ ਵਾ, ਤੁਸੀਂ ਦੇਖ ਸਕਦੇ ਇੱਥੇ ਸਾਰੇ ਕੱਪੜੇ ਵਗੈਰਾ ਸੁੱਕਦੇ ਆ। ਹੁਣ ਆਪਾਂ ਅੰਦਰ ਚੱਲਦੇ ਕਿਉਂਕਿ ਹਵਾ ਬਾਹਰ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਆ। ਚਲੋ ਜੀ, ਸੋ ਆਹ ਏਰੀਆ ਸਾਰਾ ਤੁਸੀਂ ਦੇਖ ਲਿਆ, ਹੁਣ ਤੁਹਾਨੂੰ ਦਿਖਾਉਂਦੇ ਹਾਂ ਜੀ ਇੱਧਰ ਮੇਰਾ ਰੂਮ। ਮੈਂ ਜਿਹੜੇ ਰੂਮ 'ਚ ਰਹਿ ਰਿਹਾ ਮੈਂ ਉਹ ਤੁਹਾਨੂੰ ਦਿਖਾਉਂਦਾ ਵਾਂ। ਆਹ ਦੇਖੋ, ਕਾਫੀ ਖਿਲਾਰਾ ਪਿਆ ਹੋਇਆ ਵਾ, ਸੋ ਉਹਨੇ ਇਗਨੋਰ ਕਰਿਓ। ਸੋ ਇੱਧਰ ਸਾਰਾ ਵਾਰਡਰੋਬ ਆ, ਆਹ ਦੇਖੋ। ਇੱਧਰ ਮੈਂ ਆਪਣਾ ਬੈਗ ਰੱਖਿਆ ਹੋਇਆ ਵਾ।
ਤੇ ਇੱਧਰ ਬੈੱਡ ਲੱਗਾ ਹੋਇਆ ਵਾ ਤੇ ਵੀਰੇ ਦੇ ਨਾਲ ਵੀ ਇੱਕ ਬੈੱਡਰੂਮ ਦੇ ਵਿੱਚ ਅਟੈਚ ਬਾਲਕਨੀ ਵੀ ਆ ਇਧਰੋਂ ਵੀ ਬਾਲਕਨੀ ਦਾ ਅਸੈਸ ਇਧਰੋਂ ਵੀ ਹੈਗਾ ਵਾ ਤੇ ਲੋਬੀ ਚੋਂ ਵੀ ਹੈਗਾ ਵਾ ਸੋ ਜਿਹੜਾ ਰੂਮ ਕੁਆਇਟ ਗੁੱਡ ਆ ਆ ਦੇਖੋ ਇਹ ਹੈਗਾ ਜੀ ਸ਼ੂ ਰੈਕ ਤੇ ਇੱਧਰ ਉੱਧਰ ਬਣਿਆ ਆ ਤੇ ਇਹ ਸਾਰੇ ਇੱਥੇ ਸ਼ੂਜ਼ ਵਗੈਰਾ ਰੱਖ ਸਕਦੇ ਇੰਟਰ ਕਰਦੇ ਹੀ ਇੱਧਰ ਆਪਣੇ ਸ਼ੂਜ਼ ਉਤਾਰੋ ਇਹਦੇ ਵਿੱਚ ਰੱਖੋ ਹਾਂਜੀ ਤੇ ਇਹਨੂੰ ਆਪਾਂ ਕਰਦੇ ਹਾਂ ਕਲੋਜ਼ ਇੱਧਰ ਕਿਚਨ ਆ ਉੱਧਰ ਲੋਬੀ ਆ ਬਾਹਰ ਬਾਲਕਨੀ ਇੱਧਰ ਇੱਕ ਰੂਮ ਇੱਧਰ ਆ ਤੇ ਇੱਧਰ ਸਾਰਾ ਹੈਗਾ ਵਾ ਲੌਂਡਰੀ ਏਰੀਆ ਇਹਨੂੰ ਆਪਾਂ ਕਰਕੇ ਦਿਖਾ ਦਿੰਦੇ ਇਹ ਸਾਰਾ ਹੈਗਾ ਵਾ ਲੌਂਡਰੀ ਏਰੀਆ ਇਹਦੇ ਵਿੱਚ ਅਟੈਚ ਤੁਹਾਨੂੰ ਆ ਵੀ ਦਿੱਤਾ ਹੋਇਆ ਡਰਾਇਰ ਓਕੇ ਆ ਦੇਖੋ ਇਹ ਡਰਾਇਰ ਆ ਮਸ਼ੀਨ ਇੱਧਰ ਆ ਸੋ ਇਹ ਸਾਰਾ ਲੌਂਡਰੀ ਏਰੀਆ ਵਾ ਅਤੇ ਜਿਹੜਾ ਵਾਸ਼ਰੂਮ ਆ ਉਹ ਇੱਧਰ ਆ ਦੇਖੋ ਸੋ ਵਾਸ਼ਰੂਮ ਕੁਛ ਇੱਦਾਂ ਦਾ ਵਾ ਵਾਸ਼ਰੂਮ ਤੋਂ ਨਿਕਲਦੇ ਹੀ ਇੱਧਰ ਹੀ ਸਾਈਡ ਹੈਗੀ ਜੀ ਪੈਂਟਰੀ ਇਹ ਪੈਂਟਰੀ ਅਤੇ ਇਹਦੇ ਵਿੱਚ ਵੀ ਕਾਫੀ ਸਮਾਨ ਸਮੂਨ ਰੱਖਿਆ ਅਤੇ ਹੁਣ ਆਪਾਂ ਆਉਂਦੇ ਹਾਂ ਦੂਸਰੇ ਬੈੱਡਰੂਮ 'ਚ ਇਗਨੋਰ ਕਰਿਓ ਮੈਂ ਹਜੇ ਬੈੱਡਰੂਮ ਬਣਾਇਆ ਅਤੇ ਬੈੱਡਰੂਮ 'ਚ ਐਂਟਰ ਕਰਦੇ ਇੱਧਰ ਵੀ ਸਾਰਾ ਕਬੜ ਆ ਦੇਖ ਸਕਦੇ ਤੁਸੀਂ ਇਹ ਕਾਫੀ ਵੱਡਾ ਵਾ ਓਕੇ ਅਤੇ ਆ ਦੇਖੋ ਮੇਨ ਗੱਲ ਇੱਕ ਤੁਹਾਨੂੰ ਦਿਖਾਉਣੇ ਇੱਥੋਂ ਵਿਊ ਬਹੁਤ ਸੋਹਣਾ ਵਾ ਆ ਦੇਖੋ ਤੈਨੂੰ ਕਰਦੇ ਆ ਉੱਪਰ ਦੇਖੋ ਬੈੱਡਰੂਮ ਚੋਂ ਵਿਊ ਕਿੰਨਾ ਸੋਹਣਾ ਵਾ ਜਿਹੜੇ ਤੁਹਾਨੂੰ ਸਾਹਮਣੇ ਅਪਾਰਟਮੈਂਟਸ ਦੇਖ ਰਹੇ ਆ ਸੇਮ ਹੀ ਇੱਧਰਲੀ ਸਾਈਡ ਆ ਉਹ ਦੇਖੋ ਆਪਾਂ ਖੋਲ ਸਕਦੇ ਬਾਹਰ ਨੂੰ ਖੁੱਲ ਜਾਂਦਾ ਇੰਨਾ ਨਹੀਂ ਖੁੱਲਦਾ ਵੀਰੇ ਅੱਛਾ ਇੰਨਾ ਹੀ ਖੁੱਲਦਾ ਜਾ ਰਹਾ ਨਾ ਓਕੇ ਇੱਥੋਂ ਹਵਾ ਹਾਰ ਲਈ ਤੁਸੀਂ ਆਪਣਾ ਖੋਲ ਸਕਦੇ ਆ ਤੇ ਕਾਫੀ ਵਧੀਆ ਆ ਤੇ ਇਹਦੇ ਨਾਲ ਵੀ ਅਟੈਚਡ ਬਾਲਕਨੀ ਆ ਦੋਨੋਂ ਰੂਮਸ ਨਾਲ ਸੇਮ ਬਾਲਕਨੀ ਅਟੈਚਡ ਆ ਤੇ ਬਾਲਕਨੀ ਦਾ ਅਸੈਸ ਇਧਰੋਂ ਵੀ ਹੈਗਾ ਵਾ ਇਧਰੋਂ ਵੀ ਹੈਗਾ ਹਾਂਜੀ ਤੁਸੀਂ ਇਧਰੋਂ ਵੀ ਜਾ ਸਕਦੇ ਸੋ ਬਾਲਕਨੀ ਦਾ ਅਸੈਸ ਲੋਬੀ ਚੋਂ ਵੀ ਆ ਤੇ ਮੇਰੇ ਵਾਲੇ ਰੂਮ ਚੋਂ ਵੀ ਆ ਤੇ ਇਧਰੋਂ ਵੀ ਆ ਹਾਂਜੀ ਇਧਰੋਂ ਵੀ ਆ ਤੇ ਨਾਲ ਹੀ ਆਪਣਾ ਸ਼ਾਪਿੰਗ ਸੈਂਟਰ ਥੱਲੇ ਆ ਕਾਫੀ ਰੌਣਕ ਮੇਲਾ ਹੁੰਦਾ ਆ ਤੇ ਜੇ ਕਾਫੀ ਲੋਕ ਇਹ ਅਪਾਰਟਮੈਂਟ ਦੇ ਵਿੱਚ ਇਕੱਲੇ ਵੀ ਰਹਿੰਦੇ ਆ ਜਿੱਦਾਂ ਬਜ਼ੁਰਗ ਕੋਈ ਅਪਾਰਟਮੈਂਟ ਦੇ ਵਿੱਚ ਕਈ ਓਨਲੀ ਬਜ਼ੁਰਗ ਲੇਡੀ ਇੱਕ ਰਹਿੰਦੀ ਆ ਓਕੇ ਤੇ ਉਹਨਾਂ ਦਾ ਦਿਲ ਕਾਫੀ ਲੱਗਦਾ ਕਿਉਂਕਿ ਥੱਲੇ ਰੌਣਕ ਵਗੈਰਾ ਬਹੁਤ ਹੈ ਬਿਲਕੁਲ ਜਿਹੜੀ ਆਪਾਂ ਗਰੋਸਰੀ ਕਰਕੇ ਅਸੀਂ ਕੋਰਸ ਤੋਂ ਉਹ ਹੀ ਸਟੋਰ ਥੱਲੇ ਹੀ ਆ ਸੋ ਥੱਲੇ ਇੱਕ ਸ਼ਾਪਿੰਗ ਸੈਂਟਰ ਵੀ ਹੈਗਾ ਵਾ ਸੋ ਸਾਰਾ ਸਮਾਨ ਸਾਨੂੰ ਘਰ ਤੋਂ ਥੱਲੇ ਮਿਲ ਜਾਂਦਾ ਥੱਲੇ ਮਿਲ ਜਾਂਦਾ ਕਨਵੀਨੀਅੰਟ ਬਹੁਤ ਹੈ ਇਸ ਕਰਕੇ ਮੇਰਾ ਰਹਿਣ ਦਾ ਮੇਨ ਰੀਜ਼ਨ ਇਹ ਆ ਕਿ ਇੱਥੇ ਇੰਨੀ ਕਨਵੀਨੀਅੰਟ ਹੈ ਕੁਛ ਵੀ ਸਮਾਨ ਖਤਮ ਹੁੰਦਾ ਆਪਾਂ ਥੱਲੇ ਭੱਜ ਕੇ ਲੈ ਆਉਂਦੇ ਆ ਕਿਉਂਕਿ ਆਲਮੋਸਟ ਜਿਹੜੀਆਂ ਨੀਡੀ ਚੀਜ਼ਾਂ ਆ ਸਾਰੀਆਂ ਹੀ ਆਪਾਂ ਨੂੰ ਇੱਥੋਂ ਮਿਲ ਜਾਂਦੀਆਂ ਨੇ ਸੋ ਇਹਨੂੰ ਆਪਾਂ ਹੁਣ ਕਲੋਜ਼ ਕਰਦੇ ਆ ਪਰ ਇੱਥੋਂ ਮੇਨ ਗੱਲ ਹੈਗੀ ਵਿਊ ਦੀ ਇੱਧਰ ਵੀ ਸਨਲਾਈਟ ਦੇ ਵੀ ਕਾਫੀ ਏਰੀਆ ਬਣੇ ਹੋਏ ਆ ਦੇਖਿਓ ਸਨਲਾਈਟ ਦੀ ਬਹੁਤ ਵਧੀਆ ਇਸ ਬੈੱਡਰੂਮ 'ਚੋਂ ਵਿਊ ਕਾਫੀ ਵਧੀਆ ਵਾ ਸੋ ਸਨਲਾਈਟ ਆਉਂਦੇ ਕਾਫੀ ਸਾਰੇ ਰਸਤੇ ਆ ਇੱਧਰੋਂ ਹਾਂ ਦੇਖੋ ਹੁਣ ਆਪਾਂ ਡਾਊਨ ਕਰਦੇ ਹਾਂ ਹਰ ਫਲੋਰ ਤੇ ਗਾਰਬੇਜ ਦਾ ਬਣਿਆ ਹੋਇਆ ਹੈ ਤੁਹਾਨੂੰ ਥੱਲੇ ਸਪੈਸ਼ਲ ਸੁੱਟਣ ਨਹੀਂ ਜਾਣਾ ਪੈਂਦਾ ਜਿੰਨਾ ਵੀ ਗਾਰਬੇਜ ਹੈ ਹਰ ਫਲੋਰ ਤੇ ਸਾਰੇ ਅਪਾਰਟਮੈਂਟਸ ਨੂੰ ਇੱਥੇ ਤੁਸੀਂ ਬਟਨ ਪ੍ਰੈਸ ਕਰੋ ਇਹਨੂੰ ਓਪਨ ਕਰੋ ਗਾਰਬੇਜ ਅੰਦਰ ਡਨ ਰੀਸਾਈਕਲ ਹੋਣਾ ਫਿਰ ਇੱਥੇ ਪ੍ਰੈਸ ਕਰ ਦੋ ਇੱਥੇ ਪ੍ਰੈਸ ਕਰਨਾ ਹੈ ਤੇ ਦੂਸਰਾ ਉਹਦੇ ਵਿੱਚ ਛੱਡ ਦੇਣਾ ਚਲੋ ਜੀ ਵਧੀਆ ਆ ਸਾਰਾ ਰੀਸਾਈਕਲ ਵਾਲਾ ਗਿਆ
ਚਲੋ ਆਪਾਂ ਬਾਹਰੋਂ ਖੋਲਦੇ ਹਾਂ। ਥੋੜ੍ਹਾ ਜਿਹਾ ਡਿੱਗ ਗਿਆ ਪੈਕ ਇਹ। ਚਲੋ ਜੀ ਗਾਰਬੇਜ ਸਾਰਾ ਇੱਧਰ ਗਿਆ ਜਿੱਥੇ ਫਿਲਹਾਲ ਅਸੀਂ ਰਹਿ ਰਹੇ ਹਾਂ। ਇਸ ਕਰ ਤੁਹਾਨੂੰ ਟੂਰ ਦੇ ਤਾ, ਹੁਣ ਗੱਲ ਕਰਦੇ ਆਪਾਂ ਸਟੂਡੈਂਟਸ ਬਾਰੇ, ਕਿਉਂਕਿ ਇਹ ਇਸ ਅਪਾਰਟਮੈਂਟ ਦਾ ਰੈਂਟ ਹੈਗਾ ਵਾ $2,350। ਹੁਣ ਜਿਹੜਾ ਸਟੂਡੈਂਟ ਆ ਰਿਹਾ ਵਾ ਇੱਥੇ ਆਸਟ੍ਰੇਲੀਆ ਸਟੱਡੀ ਕਰਨ ਵਾਸਤੇ, ਉਹਦੇ ਲਈ ਇਹ ਰੈਂਟ ਕਾਫੀ ਜ਼ਿਆਦਾ ਹੋ ਜਾਣਾ। ਸੋ ਹੁਣ ਗਗਨ ਵੀਰਾ ਤੁਹਾਨੂੰ ਦੱਸੂਗਾ ਕਿ ਕਿਹੜੇ ਏਰੀਏ ਦੇ ਵਿੱਚ, ਇਹ ਏਰੀਆ ਹੈਗਾ ਕਿਰਵੀ ਨਿਊ ਸਾਊਥ ਵੇਲਸ। ਸੋ ਇਸ ਏਰੀਏ ਦੇ ਵਿੱਚ ਜਿਹੜੇ ਅਪਾਰਟਮੈਂਟਸ ਆ ਉਹ ਸਟਾਰਟਿੰਗ ਇਸ ਤੋਂ ਹੀ ਹੁੰਦੇ ਆ $2,000 ਪਲੱਸ ਤੋਂ। ਜੇ ਤੁਸੀਂ 1 ਬੈਡਰੂਮ ਲੈਂਦੇ ਤਾਂ $200-$300 ਘਟਾ ਲਓ, ਜੇ ਤੁਸੀਂ 2 ਬੈਡਰੂਮ ਲੈਂਦੇ ਹੋ ਤਾਂ $2,350-$2,400। ਥ੍ਰੀ ਬੈਡਰੂਮ $3,000 ਪਲੱਸ ਹੋ ਜਾਂਦਾ ਵਾ, ਅਤੇ ਇਹਦੇ ਵਿੱਚ ਨਾਲ ਇਲੈਕਟ੍ਰੀਸਿਟੀ ਬਿੱਲ ਹੁੰਦਾ ਵਾ, ਜਿਹੜਾ ਕਿ ਬਿੱਲ ਹੁੰਦਾ ਵਾ $300 ਤੋਂ $500 ਤੱਕ 3 ਮੰਥਸ ਦਾ, ਜਿੰਨਾ ਤੁਸੀਂ ਤੁਹਾਡੀ ਕੰਜ਼ੰਪਸ਼ਨ, ਹਾਂ ਜੋ ਵੀ ਤੁਸੀਂ ਜਿੰਨਾ ਵੀ ਯੂਜ਼ ਕਰਦੇ ਹੋ, ਅਤੇ ਜਿਹੜੀ ਤੁਹਾਡੀ ਗਰੋਸਰੀ ਹੈ ਮਹੀਨੇ ਦੀ, ਤੁਸੀਂ ਨੋਰਮਲ ਗਰੋਸਰੀ ਕਰਦੇ ਹੋ, ਨੋਰਮਲ ਖਾਣਾ ਪੀਣਾ ਕਰਦੇ ਹੋ, ਅਤੇ ਉਹ ਤੁਹਾਡੀ ਮਹੀਨੇ ਦੀ $300 ਤੋਂ $500 ਤੱਕ ਜਾਂਦੀ। ਜੇ ਤੁਸੀਂ ਵਧੀਆ ਗਰੋਸਰੀ ਕਰਦੇ ਹੋ ਤਾਂ ਉਹ ਤੁਹਾਡੀ ਮਹੀਨੇ ਦੀ $1,000, ਉਹ ਤਾਂ ਤੁਹਾਡੇ 'ਤੇ ਡਿਪੈਂਡ ਹੈ ਕਿ ਤੁਸੀਂ ਕਿੰਨਾ ਖਰਚਾ ਕਰਦੇ ਗਰੋਸਰੀ 'ਤੇ। ਸੋ ਹੁਣ ਆਪਾਂ ਗੱਲ ਕਰਦੇ ਕਿ ਜਿਹੜੇ ਸਟੂਡੈਂਟਸ ਆ ਰਹੇ ਆ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਸਟ੍ਰੇਲੀਆ ਦੇ ਵਿੱਚ, ਸਿਡਨੀ ਦੇ ਵਿੱਚ, ਆਪਾਂ ਸਿਡਨੀ ਦੀ ਗੱਲ ਕਰਦੇ ਹਾਂ, ਅਤੇ ਮਿਨੀਮਮ ਜਿਹੜੀ ਅਕੋਮੋਡੇਸ਼ਨ ਆ ਕਿੰਨੇ ਪ੍ਰਾਈਸ ਤੱਕ ਮਿਲ ਸਕਦੀ ਹੈ? ਜੇ ਆਪਾਂ ਇਹ ਅਪਾਰਟਮੈਂਟ ਲੈਂਦੇ ਹਾਂ 1 ਬੈਡਰੂਮ ਪਰ ਕਿਸੇ ਹੋਰ ਏਰੀਏ ਦੇ ਵਿੱਚ, ਇੱਕ ਸਲਾਹ ਗਾਈਜ਼ ਮੈਂ ਦੇਣਾ ਚਾਹੂੰਗਾ ਕਿ ਜਿੱਥੇ ਤੁਹਾਡਾ ਕੰਮ ਆ ਅਤੇ ਜਿੱਥੇ ਤੁਹਾਡਾ ਕਾਲਜ ਆ ਉਹਦੇ ਲਾਗੇ ਬੰਨੇ ਤੁਸੀਂ ਅਕੋਮੋਡੇਸ਼ਨ ਦੇਖੋ। ਚਾਹੇ ਅਕੋਮੋਡੇਸ਼ਨ $100-$200 ਮਹਿੰਗੀ ਆ, ਪਰ ਤੁਸੀਂ ਅਕੋਮੋਡੇਸ਼ਨ ਸਸਤੀ ਦੇ ਚੱਕਰ ਦੇ ਵਿੱਚ ਕਾਲਜ ਜਾਂ ਕੰਮ ਤੋਂ ਦੂਰ ਨਾ ਹੋ ਜਾਓ, ਕਿਉਂਕਿ ਉਹੀ ਪੈਸੇ ਸਾਰੇ ਤੁਹਾਡੇ ਰੈਂਟ 'ਚ ਜਾਣੇ ਆ, ਜਿਹੜਾ ਤੁਸੀਂ ਆਉਣ ਜਾਣ ਦਾ ਟੈਕਸੀਆਂ ਲਓਗੇ, ਟ੍ਰੇਨਸ ਲਓਗੇ, ਅਤੇ ਨਾਲੇ ਤੁਹਾਡਾ ਟਾਈਮ ਵੇਸਟ ਹੋਊਗਾ। ਸੋ ਅਕੋਮੋਡੇਸ਼ਨ ਜੇ ਤੁਹਾਨੂੰ $100-$200 ਮਹਿੰਗੀ ਵੀ ਮਿਲਦੀ ਹੈ, ਸੋ ਆਪਣੇ ਕਾਲਜ ਦੇ ਲਾਗੇ ਹੀ ਲੱਭੋ। ਅਤੇ ਹੁਣ ਗਗਨ ਵੀਰ ਤੁਹਾਨੂੰ ਦੱਸਦਾ ਵਾ ਕਿ ਆਸਟ੍ਰੇਲੀਆ ਦੇ ਵਿੱਚ, ਸਿਡਨੀ ਦੇ ਵਿੱਚ ਕਿਹੜੇ ਕਿਹੜੇ ਏਰੀਆ ਇੱਦਾਂ ਦੇ ਜਿੱਥੇ ਪੰਜਾਬੀ ਜ਼ਿਆਦਾ ਵਾ, ਜਿੱਥੇ ਇੰਟਰਨੈਸ਼ਨਲ ਸਟੂਡੈਂਟ ਜ਼ਿਆਦਾ ਵਾ, ਸੋ ਉੱਥੇ ਰੈਂਟ ਵੀ ਘੱਟ ਆ, ਕਿਉਂਕਿ ਜੇ ਇਹ ਅਪਾਰਟਮੈਂਟ ਵਾਸਤੇ ਕਾਫੀ ਪੇਪਰ ਵਰਕ ਹੁੰਦਾ ਵਾ, ਟੈਕਸਿਸ ਵਗੈਰਾ ਸਭ ਕੁਝ ਬਹੁਤ ਜ਼ਿਆਦਾ ਹੁੰਦਾ ਵਾ। ਇਹ ਆਪਾਂ ਗੱਲ ਕਰ ਰਹੇ ਕਿ ਜਿਹੜਾ ਪਰਸਨ ਫਸਟ ਟਾਈਮ ਆਸਟ੍ਰੇਲੀਆ ਸਟੱਡੀ ਬੇਸ 'ਤੇ ਆ ਰਿਹਾ ਵਾ, ਹਾਂਜੀ, ਉਹਦੇ ਲਈ ਆਪਾਂ ਗੱਲ ਕਰ ਰਹੇ ਕਿ ਉਹਦੇ ਲਈ ਇਹ ਅਪਾਰਟਮੈਂਟ ਲੀਜ਼ 'ਤੇ ਲੈਣਾ ਥੋੜ੍ਹਾ ਔਖਾ ਹੋ ਜਾਣਾ ਵਾ। ਸੋ ਆਪਾਂ ਗੱਲ ਕਰਦੇ ਹਾਂ ਕਿ ਹੁਣ ਗਗਨ ਵੀਰ ਤੁਹਾਨੂੰ ਦੱਸੂਗਾ ਕਿ ਜਿਹੜਾ ਆਸਟ੍ਰੇਲੀਆ ਸਟੂਡੈਂਟ ਆ ਰਿਹਾ ਫਸਟ ਟਾਈਮ, ਉਹਦੇ ਲਈ ਅਕੋਮੋਡੇਸ਼ਨ ਕਿਹੜੇ ਕਿਹੜੇ ਏਰੀਏ ਦੇ ਵਿੱਚ ਚੀਪ ਆ? ਚੀਪ ਆ, ਹਾਂਜੀ। ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ, ਪੰਜਾਬੀ ਵੈਸੇ ਹਰ ਜਗ੍ਹਾ ਦੇ ਵਿੱਚ ਵੱਸਦੇ ਆ ਸਿਡਨੀ ਦੇ ਏਰੀਏ ਦੇ ਵਿੱਚ, ਬਟ ਜ਼ਿਆਦਾ ਪੰਜਾਬੀ ਕਿਹੜੇ ਏਰੀਏ ਦੇ ਵਿੱਚ ਆ? ਬਲੈਕਟਾਊਨ ਸਾਈਡ, ਪੈਰਾਮਟਾ ਸਾਈਡ, ਪੈਨਰਿਜ ਸਾਈਡ, ਅਤੇ ਅਰਾਊਂਡ ਏਰੀਆਜ਼ ਦੇ ਵਿੱਚ ਵੀ ਹੁਣ ਕੁਝ ਲੋਕ ਕਮੈਂਟ ਕਰ ਸਕਦੇ ਆ ਕਿ ਇੱਧਰ ਵੀ ਪੰਜਾਬੀ ਉੱਧਰ, ਬਟ ਆਪਾਂ ਦੱਸ ਦੇਣਾ ਚਾਹੁੰਦਾ ਮੈਂ ਮੈਜੋਰਿਟੀ ਪੰਜਾਬੀ ਦੀ ਗੱਲ ਕਰਦਾ ਕਿ ਜਿੱਧਰ ਜ਼ਿਆਦਾ ਰਹਿੰਦੇ ਆ, ਹਾਂਜੀ ਜ਼ਿਆਦਾ ਪੰਜਾਬੀ ਬਲੈਕਟਾਊਨ ਪੈਰਾਮਟਾ ਸਾਈਡ ਆ, ਜਿੱਧਰ ਗੁਰਦੁਆਰੇ ਹੁੰਦੇ ਉੱਧਰ ਆਪਣੇ ਪੰਜਾਬੀ ਰਹਿਣਾ ਜ਼ਿਆਦਾ ਪਸੰਦ ਕਰਦੇ ਆ। ਸਭ ਤੋਂ ਜ਼ਿਆਦਾ ਤੁਹਾਨੂੰ ਚੀਪ ਅਕੋਮੋਡੇਸ਼ਨ ਪੈਰਾਮਟਾ ਅਤੇ ਬਲੈਕਟਾਊਨ ਸਾਈਡ ਸਿਡਨੀ ਦੇ ਵਿੱਚ ਮਿਲਦੀ ਆ, ਅਤੇ ਜਿੱਥੇ ਸਭ ਤੋਂ ਜ਼ਿਆਦਾ ਪੰਜਾਬੀ ਆ ਅਤੇ ਇੰਟਰਨੈਸ਼ਨਲ ਸਟੂਡੈਂਟਸ ਵੀ ਉੱਥੇ ਤੁਹਾਨੂੰ ਮਿਲੂਗੇ। ਅਤੇ ਵੈਸੇ ਤਾਂ ਹੋਰ ਕਾਫੀ ਏਰੀਆਜ਼ ਨੇ, ਬਟ ਤੁਹਾਨੂੰ ਇਹ ਮੇਨ ਮੇਨ ਏਰੀਆ ਦੱਸੇ ਆ ਅਤੇ ਜਿੱਥੇ ਤੁਹਾਨੂੰ ਵੱਧ ਤੋਂ ਵੱਧ ਇੰਟਰਨੈਸ਼ਨਲ ਸਟੂਡੈਂਟ ਮਿਲਦੇ ਆ ਅਤੇ ਚੀਪ ਅਕੋਮੋਡੇਸ਼ਨ ਨਾਲ ਹੀ ਆ। ਅਸੀਂ ਥੱਲੇ ਲਿੰਕ ਦੇਵਾਂਗੇ gumtree.com, ਅਤੇ ਜਾਂ ਇੱਦਾਂ ਦੇ ਫੇਸਬੁੱਕ ਮਾਰਕੀਟ ਪਲੇਸ 'ਤੇ ਵੀ ਤੁਸੀਂ ਸ਼ੇਅਰਡ ਅਕੋਮੋਡੇਸ਼ਨ ਵੀ ਲੱਭ ਸਕਦੇ ਹਾਂ, ਜਿਹਦੇ ਤੁਹਾਨੂੰ ਜੇ ਤੁਸੀਂ ਘੱਟ ਪੇ ਕਰਨਾ ਚਾਹੋਗੇ ਤੁਸੀਂ ਕਿਤੇ ਰੂਮ ਵੀ ਰੈਂਟ 'ਤੇ ਲੈ ਸਕਦੇ ਹਾਂ, ਉਹ ਅਰਾਊਂਡ ਤੁਹਾਨੂੰ$600-$700 ਅ ਮੰਥ 'ਚ ਮਿਲ ਜਾਂਦਾ ਮਿਨੀਮਮ ਮਿਨੀਮਮ, ਹਾਂਜੀ। ਅਤੇ ਜੇ ਤੁਸੀਂ ਇੱਕ ਸਭ ਤੋਂ ਪਹਿਲਾਂ ਹੁੰਦੀ, ਕੁਝ ਲੋਕ ਇੱਕ ਰੂਮ ਦੇ ਵਿੱਚ ਦੋ ਸ਼ੇਅਰ ਕਰਕੇ ਵੀ ਪਰਸਨ ਰਹਿੰਦੇ ਆ, ਦੋ ਸਟੂਡੈਂਟਸ, ਤੇ ਉਹਨਾਂ ਦੀ ਅਕੋਮੋਡੇਸ਼ਨ ਤੁਸੀਂ ਕਹਿ ਸਕਦੇ ਆ 400-500 ਮਿਨੀਮਮ ਹੋ ਜਾਂਦੀ ਹੈ ਮੰਥ ਦੀ। ਇੱਕ ਸਲਾਹ ਸਾਡੇ ਦੋਵਾਂ ਵੱਲੋਂ ਕਿ ਜਿਹੜੇ ਵੀ ਆਸਟ੍ਰੇਲੀਆ ਆ ਰਹੇ ਜਿਨ੍ਹਾਂ ਦਾ ਸਟੱਡੀ ਵੀਜ਼ਾ ਲੱਗ ਜਾ ਆਸਟ੍ਰੇਲੀਆ ਦਾ, ਜਿਵੇਂ ਕਿ ਅੱਜ ਤੁਹਾਡਾ ਵੀਜ਼ਾ ਲੱਗਾ ਵਾ ਅਤੇ ਤੁਹਾਡੀ 1 ਮਹੀਨੇ ਬਾਅਦ ਹੀ ਟਿਕਟ ਆ, ਤਾਂ ਕੁਛ ਵੈਬਸਾਈਟ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਦਿੰਦੇ ਹਾਂ ਕਿ ਤੁਸੀਂ ਉੱਥੇ ਜਾ ਕੇ ਆਪਣੀ ਅਕੋਮੋਡੇਸ਼ਨ ਬੁੱਕ ਕਰ ਲਓ, ਕਮਰੇ ਲੱਗ ਸਕਦੇ ਆ, ਜਿੱਦਾਂ ਕਿ ਜਦੋਂ ਆਪਣਾ ਜਿਹੜੀ ਡੇਟ ਨੂੰ ਆਪਣਾ ਵੀਜ਼ਾ ਆਉਂਦਾ ਅਤੇ ਜਿਹੜੀ ਟਿਕਟ ਦੇ ਵਿੱਚ ਦਾ ਟਾਈਮ ਹੁੰਦਾ ਆ, ਤੁਹਾਨੂੰ ਪਹਿਲਾਂ ਹੀ ਇੱਥੇ ਤੁਸੀਂ ਆਪਣੀ ਅਕੋਮੋਡੇਸ਼ਨ ਫਾਈਂਡ ਕਰ ਸਕਦੇ ਆ, ਅਤੇ ਉਹ ਅਕੋਮੋਡੇਸ਼ਨ ਗਾਇਜ਼ ਤੁਸੀਂ ਸਾਰੇ ਜਣੇ ਲੱਭੋ, ਅਤੇ ਉੱਥੇ ਤੁਸੀਂ ਜਿੱਦਾਂ ਘਰਾਂ ਦੇ ਜਿਹੜੇ ਜਿਨ੍ਹਾਂ ਨੇ ਐਡ ਪਾਈ ਆ, ਅਤੇ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਆਪਣੀ ਚੀਪ ਅਕੋਮੋਡੇਸ਼ਨ ਪਹਿਲਾਂ ਹੀ ਬੁੱਕ ਕਰ ਸਕਦੇ ਆ, ਅਤੇ ਜਿੱਦਾਂ ਕਿ ਉਹਦੇ ਵਿੱਚ ਬੌਂਡ ਵਗੈਰਾ ਦੇਣਾ ਹੁੰਦਾ, 4 ਵੀਕ 2 ਵੀਕਸ ਦਾ ਬੌਂਡ ਮੰਗਦੇ ਆ, ਅਤੇ ਉਹ ਤੁਸੀਂ ਦੇ ਕੇ ਆਪਣਾ ਕਰ ਸਕਦੇ ਆ। ਅਤੇ ਦੂਸਰੀ ਗੱਲ, ਇਹ ਸੇਮ ਹੀ ਇੱਦਾਂ ਤੁਸੀਂ ਆਪਣੀਆਂ ਜੋਬਸ ਵੀ ਅਪਲਾਈ ਕਰ ਸਕਦੇ ਆ ਉਨੇ ਟਾਈਮ ਦੇ ਵਿੱਚ, ਤਾਂ ਕਿ ਜਦੋਂ ਤੁਸੀਂ ਇੱਥੇ ਆਓ ਤਾਂ ਤੁਹਾਨੂੰ ਧੱਕੇ ਨਾ ਖਾਣੇ ਪੈਣ ਕਿ ਅਕੋਮੋਡੇਸ਼ਨ ਲੱਭਣੀ ਨਾ ਪਏ, ਕਿਉਂਕਿ ਮੌਕੇ ਤੇ ਇੱਥੇ ਕੁਛ ਨਹੀਂ ਹੁੰਦਾ, ਤੁਹਾਨੂੰ ਪਹਿਲੇ 1 ਹਫ਼ਤੇ ਪਹਿਲਾਂ, 2 ਹਫ਼ਤੇ ਪਹਿਲਾਂ, 4 ਵੀਕ ਪਹਿਲਾਂ ਸਾਰੇ ਤੁਹਾਨੂੰ ਇਹ ਸਾਰੀ ਚੀਜ਼ਾਂ ਅਰੇਂਜ ਕਰਨੀਆਂ ਪੈਂਦੀਆਂ। ਸੋ 2-3 ਵੈਬਸਾਈਟ ਦੇ ਤੁਹਾਨੂੰ ਲਿੰਕ ਅਸੀਂ ਡਿਸਕ੍ਰਿਪਸ਼ਨ ਦੇ ਦਾਂਗੇ, ਜਿਹੜੇ ਵੀ ਆਸਟ੍ਰੇਲੀਆ ਇੰਟਰਨੈਸ਼ਨਲ ਸਟੂਡੈਂਟ ਆ ਰਹੇ ਆ ਅਤੇ ਉਹ ਉੱਥੇ ਜਾ ਕੇ ਆਪਣਾ ਵੈਬਸਾਈਟ 'ਤੇ ਆਪਣਾ ਜੋਬ ਜਾਂ ਅਕੋਮੋਡੇਸ਼ਨ ਲੱਭ ਸਕਦੇ ਆ।
ਤੇ ਜੌਬਸ ਲਈ ਵੀ ਉਹ ਵਾਲੀਆਂ ਵੈਬਸਾਈਟ ਵੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਆਪਾਂ ਪਾ ਦੇਵਾਂਗੇ ਤੇ ਤਾਂ ਕਿ ਤੁਸੀਂ ਜੌਬਸ ਅਪਲਾਈ ਕਰ ਸਕਦੇ ਆ ਕੈਸ਼ ਜੌਬਸ ਇਦਾਂ ਸਾਰੀਆਂ ਤੇ ਤੁਹਾਨੂੰ ਉਹਦਾ ਵੀ ਬਹੁਤ ਫਾਇਦਾ ਮਿਲੂਗਾ ਸੋ ਇੱਕ ਆਪਾਂ ਵੀਡੀਓ ਸੈਪਰੇਟ ਬਣਾਵਾਂਗੇ ਕਿ ਇੱਥੇ ਜਿਹੜਾ ਸਟੂਡੈਂਟ ਆ ਉਹਦੇ ਲਈ ਜੌਬਸ ਕਿਹੜੀਆਂ ਕਿਹੜੀਆਂ ਨੇ ਕੈਸ਼ ਤੇ ਕਿਹੜੀ ਜੌਬ ਕਰ ਸਕਦਾ ਵਾ ਜਾਂ ਉਹਨੂੰ ਕੈਸ਼ ਤੇ ਕਿੰਨੇ ਡਾਲਰ ਮਿਲਦੇ ਆ ਇਹ ਆਪਾਂ ਇੱਕ ਅਲੱਗ ਵੀਡੀਓ ਸੈਪਰੇਟ ਕਰਾਂਗੇ ਤੇ ਜੇ ਕੋਈ ਤੁਹਾਡਾ ਸਵਾਲ ਹੈਗਾ ਵਾ ਉਹ ਤੁਸੀਂ ਕਮੈਂਟ ਕਰ ਸਕਦੇ ਹੋ ਆਪਾਂ ਇੱਕ ਹੋਰ ਵਲੌਗ ਲੈ ਕੇ ਆਵਾਂਗੇ ਤੇ ਕੁਝ ਕਾਫੀ ਮੈਂ ਇਦਾਂ ਦੇ ਇਨਫੋਰਮੇਟਿਵ ਵਲੌਗਸ ਮੈਂ ਆਪਣੇ ਚੈਨਲ ਤੇ ਵੀਡੀਓ ਵੀ ਬਣਾਏ ਹੋਏ ਆ ਤੇ ਉਹ ਤੁਸੀਂ ਜਰੂਰ ਜਾ ਕੇ ਦੇਖਿਓ ਤੇ ਉਹਦੇ ਵਿੱਚ ਮੈਂ ਤੁਹਾਨੂੰ ਰਿਐਲਿਟੀ ਇੱਥੇ ਦੀ ਦੱਸ ਰਿਹਾ ਕਿ ਕੀ ਰਿਐਲਿਟੀ ਆ ਕਈ ਵਾਰੀ ਲੋਕਾਂ ਦੀ ਐਕਸਪੈਕਟੇਸ਼ਨਸ ਜ਼ਿਆਦਾ ਹੁੰਦੀਆਂ ਰਿਐਲਿਟੀ ਕੁਝ ਹੋਰ ਹੁੰਦੀ ਆ ਤੇ ਉਹ ਤੁਹਾਡੇ ਲਈ ਜਾਣਨਾ ਬਹੁਤ ਜ਼ਰੂਰੀ ਆ ਲੋਕੀ ਕੁਝ ਹੋਰ ਕਹਿ ਦਿੰਦੇ ਆ ਫਿਰ ਤੁਸੀਂ ਇੱਥੇ ਆ ਕੇ ਜਦੋਂ ਰਿਐਲਿਟੀ ਚੈੱਕ ਹੁੰਦੀ ਆ ਫਿਰ ਉਹ ਕੁਝ ਹੋਰ ਹੀ ਹੁੰਦਾ ਸੋ ਹੋਪ ਕਰਦੇ ਤੁਹਾਨੂੰ ਅੱਜ ਦਾ ਵਲੌਗ ਦੇਖ ਕੇ ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੁਰੂ ਕਰਿਓ ਤੇ ਮਿਲਦੇ ਤੁਹਾਨੂੰ ਅਗਲੇ ਵਲੌਗ ਚ ਟਿਲ ਦੈਨ ਬਾਏ ਬਾਏ ਟੇਕ ਕੇਅਰ ਸਤਿ ਸ਼੍ਰੀ ਅਕਾਲ ਰੱਬ ਰੱਖਾ।